सब्सक्राइब कीजिए चैनल को। बेल आइकॉन को दबाइए लेटेस्ट अपडेटेड वीडियो सबसे पहले देखने के लिए। ਮੈਂ ਕੱਲ ਖਬਰ ਅਖਬਾਰ ਪੜ੍ਹੀ ਕਿ ਸਿੱਖੀ ਦੀ ਹੋਂਦ ਨੂੰ ਖਤਰਾ ਹੈ। ਕੱਲ ਖਬਰ ਅਖਬਾਰ ਪੜ੍ਹੀ ਕਿ ਤੱਕ ਸੋਚ ਦੀ ਕਲਮ ਲਿਖੀ ਸੋਚ ਛੋਟੀ ਹੋਣੀ ਹੈ ਬਾਬੇ। ਕਹਿੰਦੇ ਨਾ ਜਿੰਨੀ ਸੋਚ ਵਾਲੀ ਜਾਣੀ ਹੁੰਦੀ ਓਨਾ ਹੀ ਬੁਣਾ ਜਾਂਦਾ। ਆਪਣੀ ਅਕਲ ਬਗਾਨੀ ਮਾਇਆ ਬਹੁਤੀ ਬਹੁਤੀ ਲੱਗਦੀ ਹੈ। ਆਪਣੀ ਅਕਲ ਬਗਾਨੀ ਮਾਇਆ ਬਹੁਤੀ ਬਹੁਤੀ ਲੱਗਦੀ ਹੈ। ਮੈਂ ਕੱਲ ਖਬਰ ਅਖਬਾਰ ਪੜ੍ਹੀ ਯਾਰ ਬਾਬਾ ਜੀ ਨੇ ਫੋਟੋ ਖਿੱਚੇ। ਮੈਂ ਕੱਲ ਖਬਰ ਅਖਬਾਰ ਪੜ੍ਹੀ ਸਿੱਖੀ ਦੀ ਹੋਂਦ ਨੂੰ ਖਤਰਾ ਹੈ। ਕਿੰਨਾ ਕੁ ਸੋਚ ਦੀ ਕਲਮ ਲਿਖੇ ਇਹ ਸੋਚਣ ਵਾਲਾ ਮਸਲਾ ਹੈ। ਕਿਵੇਂ ਬਾਬਾ ਜੀ ਕਹਿੰਦੇ ਮਾਸਟਰ ਕੌਣ ਹੁੰਦੇ ਆ? ਸਭ ਤੋਂ ਪਹਿਲਾਂ ਜਿਹੜਾ ਸਾਜਦਾ ਕਰਿਆ ਦਸਮ ਪਿਤਾ ਨੂੰ ਬਾਬਾ ਭੀਖਮ ਸ਼ਾਹ ਕਾਦਰੀ ਨੇ ਕਰਿਆ। ਔਰ ਕਾਦਰੀ ਜਿਹੜੇ ਹੁੰਦੇ ਆ ਗਿਆਰਵੀਂ ਵਾਲੀ ਸਰਕਾਰ ਨੂੰ ਮੰਨਣ ਵਾਲੇ ਹੁੰਦੇ ਆ, ਨੌ ਤਰ੍ਹਾਂ ਦੇ ਹੁੰਦੇ ਆ, ਜਿਹਨਾਂ ਵਿੱਚ ਬਾਬਾ ਭੀਖਮ ਸ਼ਾਹ ਕਾਦਰੀ ਕਢਾਣ ਵਾਲੇ ਮੱਕੇ ਨੂੰ ਛੱਡ ਕੇ ਪਟਨੇ ਨੂੰ ਸਾਜਦਾ ਕਰਦਾ। ਉਦੋਂ ਦੇ ਜਿਹੜੇ ਮੁਸਲਮਾਨ ਸੀ ਉਹ ਜਿੱਦ ਪਏ, ਕਹਿੰਦੇ ਬਾਬੇ ਆ ਮੱਕਾ ਇੱਧਰ ਸਾਜਦਾ ਇੱਧਰ। ਕਹਿੰਦਾ ਜੰਮ ਪਾਈ ਜਿਹੜਾ ਹਿਸਾਬ ਕਿਤਾਬ ਕਰਨੇ ਆ। ਕਹਿੰਦੇ ਬਈ ਅਸੀਂ ਕਿਵੇਂ ਮੰਨ ਲਈਏ ਵੀ ਉਹ ਕਿ ਧਰਮ ਦਾ ਸਾਂਝ ਹੈ? ਇਤਿਹਾਸਕ ਗੱਲ ਹੈ ਬਾਬੇ। ਕਹਿੰਦਾ ਚੱਲ ਵੜਨਾ ਢੰਗ ਦੱਸ ਦਿੰਦਾ ਦੇਖ ਲਿਓ। ਦੋ ਕੁੱਤੀਆਂ ਲੈ ਕੇ ਚਲੇ ਗਏ ਪਟਨਾ ਸਾਹਿਬ। ਜਦੋਂ ਮਿਲੇ
ਕਿੰਨੇ ਦਿਨ ਦਾ ਬੈਠੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਸਭ ਤੋਂ ਵੱਡੇ ਮਸਤ ਪ੍ਰੋਹੀ ਸੀ, ਉਹਨਾਂ ਨੇ ਆਪਣਾ ਪਤਾ ਹੀ ਨਹੀਂ ਕਿਸੇ ਨੂੰ ਦੱਸਿਆ। ਇਹ ਤਾਂ ਭਾਈ ਮੱਖਣ ਚਾਹ ਲਹਾਨੇ ਨੇ ਲੱਭਿਆ, ਜਦੋਂ ਜਹਾਜ਼ ਡੋਗਾ ਕੱਢਿਆ ਉਹਨੇ ਦੇਖਿਆ ਬਾਬੇ ਬੋਲ ਦਾ ਸਾਰਿਆਂ ਨੂੰ ਮੋਹ ਰੱਖਦਾ ਗਿਆ। ਜਦੋਂ ਮੇਰੇ ਪਾਤਸ਼ਾਹ ਦੀ ਵਾਰੀ ਆਈ ਉਹਨੇ ਕੱਢ ਕੇ ਮੋਢਾ ਮੂਹਰੇ ਰੱਖਦਾ, ਕਹਿੰਦੇ ਵਾ ਮੋਢਾ ਤਾਂ ਅਸੀਂ ਲਾਇਆ ਸੀ, ਬਾਕੀ ਦੀਆਂ ਕਿਸੇ ਨੇ। ਫਿਰ ਮੱਖਣ ਚਾਹ ਲਹਾਨੇ ਨੇ ਰੌਲਾ ਪਾਇਆ, ਗੁਰਲਾ ਦੋ ਰੇ ਗੁਰਲਾ ਦੋ। ਉਧਰ ਦਸਵੇਂ ਪਾਤਸ਼ਾਹ ਕੋਲ ਗੁਰਜੀਆਂ ਨੇ ਕਹਿਣਾ ਦੋਨਾਂ ਦੇ ਹੱਥ ਰੱਖਦਾ, ਇੱਕ ਓਮਕਾਰ ਮਤਲਬ ਸਰਬ ਧਰਮਾਂ ਦਾ ਸਾਂਝਾ, ਸਭ ਧਰਮਾਂ ਦਾ ਸਾਂਝਾ। ਪਿਤਾ ਜੀ ਮੇਰੇ 20 ਸਾਲ ਦੀ ਉਮਰ ਸੀ, ਮੈਨੂੰ ਨਾਨਕ ਬਾਬਾ ਪੀਰ ਦਿਸੇ, ਸਾਨੂੰ ਨਾਨਕ ਬਾਬਾ ਪੀਰ ਦਿਸੇ, ਫਕਰਾਂ ਨੂੰ ਵੰਡਦਾ ਸੀਰ ਦਿਸੇ, ਸਾਧੂਆਂ ਨੂੰ ਰੋਟੀ ਖਵਾ ਕੇ ਪਾਤਸ਼ਾਹ ਕਰਨ ਵਾਲੇ, ਕਿਆ ਵਾ ਸੱਚਾ ਸੌਦਾ। ਯਾਰ ਜਿਹੜਾ ਸਾਨੂੰ ਸੱਥਰ ਚੰਗਾ, ਆ ਭੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਮਾਸਟਰ ਕੀ ਕਹਿੰਦੇ ਮਾਸਟਰ ਸਾਡੇ ਆਪਣਾ ਤੰਗ ਤੇਰੀ
ਪੁੱਟੀਆਂ ਨੇ ਨਾ ਜਾਗੀਆਂ ਪੰਜਾਬੀ 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 ਪੰ